ਤੇ ਵਿਹੜਾ ਕਰਨ ਗਿਆ ਤੇ ਵਿਹੜਾ ਇਹਦੇ ਕੋਲ ਡਿੱਗਿਆ ਹੀ ਨਹੀਂ ਤੇ ਆਉਣ ਲੱਗਾ ਉਹਨੂੰ ਬੰਬ ਲਾ ਕੇ ਘਰ ਆ ਗਿਆ। ਤਿੰਨ ਦਿਨ ਨਾ ਕਸਾਈਆਂ ਦਾ ਕੰਮ ਕਰਦੇ ਨੇ, ਅੱਠ ਦਿਨ ਨਾਈਆਂ ਦਾ ਕੰਮ ਕਰਦੇ। ਹਾਂਜੀ, ਮੈਂ ਅੱਠ ਮੈਨੇ ਨਾ ਵਿਹੜਾ ਕਰਨ ਵਾਸਤੇ ਬੁਲਾਇਆ ਖਾਨ ਸਾਹਿਬ ਨੂੰ। ਹਾਂਜੀ, ਉਹਨੂੰ ਲੰਮੇ ਪਾ ਕੇ ਨਾ ਤੇ ਲੋਕੀ ਤਾਂ ਛੁਰੀਆਂ ਵਿਖਾਉਂਦੇ ਨੇ ਨਾ, ਅੱਗੇ ਸੋਟੀ ਘੁਮਾਉਣ ਲੱਗ ਪਿਆ। ਅਸਲਾਮ ਵਾਲੇਕੁਮ ਦੋਸਤੋ, ਮੈਂ ਤਾਹਿਰ ਮਹਿਮੂਦ ਅਤੇ ਤੁਸੀਂ ਦੇਖ ਰਹੇ ਹੋ ਨਈਮ ਸ਼ੌਕੀ ਸ਼ੋਅ। ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਵੇਖਣ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਈਦ ਮੁਬਾਰਕ। ਈਦ ਮੁਬਾਰਕ, ਈਦ ਮੁਬਾਰਕ ਜੀ। ਸਾਡੇ ਲਈ ਵੀ ਈਦ ਮੁਬਾਰਕ ਜੀ, ਖੈਰ ਹੋਇਓ ਤੁਹਾਡੀ। ਅੱਜ ਦੇ ਸਾਡੇ ਸਪੈਸ਼ਲੀ ਮਹਿਮਾਨ ਨੇ ਖਾਨ ਸਾਹਿਬ। ਇਹ ਸਾਰਾ ਸਾਲ ਬੈਂਡ ਦਾ ਕੰਮ ਕਰਦੇ ਨੇ ਅਤੇ ਈਦ ਚਰੂ ਮਰੂ ਨੂੰ ਕੁਰਬਾਨੀ ਕਰਦੇ ਨੇ। ਯਾਨੀ ਕਸਾਈਆਂ ਦਾ ਕੰਮ? ਜੀ ਬਿਲਕੁਲ, ਕਸਾਈਆਂ ਦਾ ਕੰਮ ਕਰਦੇ। ਬੇਟੇ ਬਰੀਕ ਲੋਕ ਉਹ ਹਲੇ ਈਦ ਦਾ ਦਿਨ ਹੀ ਚੜ੍ਹੇ ਆ, ਤੁਸੀਂ ਵਰਦੀ ਪਾ ਕੇ ਫਿਰ ਰਹੇ ਹੋ। ਖੈਰ ਲੈ ਜੀ, ਰਾਤੀ ਜੀ ਇੱਕ ਛੋਟਾ ਜਿਹਾ ਮਾਮਕਾ ਹੈ ਸੀ। ਇਹ ਮਾਮਕਾ ਕੀ ਹੁੰਦਾ ਜੀ? ਇਹ ਜੀ ਇਹ ਤੁਹਾਡੀ ਪਹੁੰਚ ਤੋਂ ਅੱਗੇ ਹੈ, ਇਹ ਜਿਹਨੂੰ ਤੁਸੀਂ ਕਹਿੰਦੇ ਨੀ ਵੀ ਰਾਤੀ ਇੱਕ ਕੰਮ ਸੀ ਛੋਟਾ ਜਿਹਾ, ਤੇ ਉਹ ਮੇਰੀ ਦਿਹਾੜੀ ਲੱਗੀ ਥੋੜੀ ਜੀ। ਇਹ ਸਾਡਾ ਵੀ ਇੱਕ ਨਿਜ਼ਾਮ ਹੈ ਜੀ, ਇੱਕ ਇਹ ਮਾਮਕਾ ਹੈ, ਛੋਟਾ ਜਿਹਾ ਹੈ ਸੀ ਬੈਂਡ ਦਾ। ਨਹੀਂ ਤੁਸੀਂ ਬਰੀਕ ਲੋਕ ਹੋ, ਦੇਖੋ ਨਾ ਤਾਹਿਰ ਭਾਈ, ਬਰੀਕ ਲੋਕ ਹੋ ਤੁਸੀਂ, ਨਫੀਸ ਬੰਦੇ ਹੋ, ਊਂਠ ਦੀ ਬਾਤ ਕਰ ਲਓਗੇ। ਨਹੀਂ ਜੀ, ਤੁਸੀਂ ਕੋਈ ਛੋਟਾ ਜਾਨਵਰ ਕਰਵਾ ਲਓ, ਵੱਡਾ ਸਾਨੂੰ ਮਨਾ ਜੀ। ਲਓ ਹੱਥ ਮਿਲਾਓ, ਜਿਵੇਂ ਤੁਹਾਨੂੰ ਵੱਡਾ ਮੰਨਾ ਨਾ, ਸਾਨੂੰ ਦੋਵਾਂ ਭਰਾਵਾਂ ਨੂੰ ਛੋਟਾ ਮੰਨਾ ਜੀ। ਵਜੂਦ ਤੁਹਾਡਾ ਵੱਡਿਆ ਵਾਲਾ ਜੀ। ਮੈਂ ਤਾਂ ਕਹਿੰਦਾ ਨਾ ਊਂਠ ਕਰੋ ਨਾ ਬੱਕਰਾ ਕਰੋ, ਮੈਂ ਤਾਂ ਕਹਿੰਦਾ ਕੋਈ ਬਰਾਇਲਰ ਮੁਰਗੀ ਕਰ ਲਓ। ਮੈਂ ਤਾਂ ਕਹਿੰਦਾ ਜੀ ਤੁਸੀਂ ਸਿਰਫ ਸਬਰ ਕਰੋ, ਹੋਰ ਕੋਈ ਐਸੀ ਗੱਲ ਨਹੀਂ। ਵੈਸੇ ਤਾਹਿਰ ਭਾਈ ਕਿੱਡੀ ਹਾਸੇ ਵਾਲੀ ਗੱਲ ਹੈ। ਹਾਂਜੀ, ਕਿ ਪੂਰਾ ਸਾਲ ਬੈਂਡ ਦਾ ਕੰਮ ਕਰਦੇ ਆ ਤੇ ਅੱਜ ਇਹਨਾਂ ਨੇ ਵਿਹੜਾ ਕਰਨਾ। ਪਿਛਲੀ ਇੱਥੇ ਵੀ ਇਹਨਾਂ ਦੀ ਬੜੀ ਬਿਸਤੀ ਹੋਈ ਜੀ ਮੈਨੂੰ। ਉਹ ਕਿਉਂ? ਵਿਹੜਾ ਲੰਮੇ ਪਾ ਕੇ ਨਾ ਤੇ ਕਹਿੰਦੇ ਨੇ ਘਰ ਦੀ ਵੇਲ ਮੈਂ ਲਾਂਗਾ। ਔਰ ਵਿਹੜਾ ਜ਼ਿਬਾ ਕਰਨ ਤੋਂ ਪਹਿਲੇ ਉਹਨੂੰ ਕਹਿ ਰਹੇ ਨੇ ਤੇਰੇ ਬੱਚੇ ਜੀਉਣ, ਤੇਰੇ ਬੱਚੇ ਜੀਉਣ। ਦੇਖੋ ਜੀ, ਜਿਹਨੇ ਜ਼ਿਬਾ ਹੋਣਾ ਉਹਦੀ ਖੈਰ ਤੇ ਮੰਗੋ ਨਾ, ਕਿਉਂ ਜੀ ਕੁਰਬਾਨੀ ਦਾ ਜਾਨਵਰ ਹੈ ਜੀ। ਪਹਿਲਾਂ ਕਸਾਈਏ ਜ਼ਿਬਾ ਕਰਨ ਤੋਂ ਪਹਿਲੇ ਕਹਿ ਰਿਹਾ ਤੇਰੀ ਖੈਰ ਹੋਵੇ, ਵੀ 5 ਮਿੰਟ ਬਾਅਦ ਉਹਨੇ ਹੱਕ ਹੋ ਜਾਣਾ। ਤਿੰਨ ਦਿਨ ਨਾ ਕਸਾਈਆਂ ਦਾ ਕੰਮ ਕਰਦੇ ਨੇ, 8 ਦਿਨ ਨਾਈਆਂ ਦਾ ਕੰਮ ਕਰਦੇ। ਦੇਖੋ ਕੈਸਾ ਤੁਹਾਡਾ ਦੂਰ ਜਾਣ ਲਈ ਗੁੱਲੀ ਵਰਗਾ ਮੂੰਹ ਹੈ ਖਾਸ। ਪਹਿਲੇ ਨਾ ਖਾਨ ਸਾਹਿਬ ਦੀ ਬੜੀ ਕਹਾਣੀ ਇਹਨਾਂ ਦੀ। ਹਾਂਜੀ, ਕੱਚੀ ਕਹਾਣੀ ਜੀ ਸਾਡੀ। 4 ਸਾਲ ਇਹਨਾਂ ਨਾਈਆਂ ਦਾ ਕੰਮ ਕੀਤਾ, ਬੈਂਡ ਦਾ ਕੰਮ ਹੀ ਕਰਦੇ ਨੇ। ਹਾਂਜੀ, ਪਿਛਲੀ ਇੱਕ ਬੰਦਾ ਕਹਿੰਦਾ ਬੱਕਰਾ ਜ਼ਿਬਾ ਕਰ ਦਿਓ ਤੇ ਲੰਮੇ ਪਾ ਕੇ ਉਹਦੇ ਮੂੰਹ ਨੂੰ ਸਾਬਣ ਲਾਉਣ ਲੱਗ ਪਿਆ। ਜੀ ਮੈਂ ਇਸ ਬੰਦੇ ਨੂੰ ਵੀ ਜਾਣਨਾ ਜੀ। ਕਿਸ ਬੰਦੇ ਨੂੰ? ਇਹ ਜੀ ਈਦ ਤੋਂ 8 ਦਿਨ ਪਹਿਲੇ ਦੀ ਗੱਲ ਹੈ ਜੀ। ਉਹ ਜਿਹੜੇ ਸਿੱਖਾਂ ਕੋ ਆਪ ਨਹੀਂ ਲਾਉਂਦੇ, ਉਹਨਾਂ ਨੇ ਜਾ ਕੇ ਕਹਿੰਦਾ ਜੀ ਤੁਹਾਡੇ ਕੋਲ ਦਿਲ ਹੈ? ਉਹਨਾਂ ਨੇ ਕਿਹਾ ਜੀ ਹੈ, ਲਾ ਦੇਣੇ। ਕਹਿੰਦਾ 2 ਲਾ ਦਿਓ ਲੇਕਿਨ ਸਟੱਡ ਨਾ ਪਏ ਹੋਣ। ਕੈਸਾ ਭਾਵਰਾ ਹੈ ਤੂੰ, ਮਾੜਿਆ 4 ਲੱਖ ਰੁਪਏ ਪਕਾਨੇ ਚ ਨਹੀਂ ਸੀ ਤਾਂ ਤੇਰੀ। ਅੱਛਾ, ਆਪ ਨੂੰ ਵੀ ਸਮਝਦੇ ਨਹੀਂ ਹੈਗੀ। ਅੱਛਾ, ਲੈ ਲੈ, ਇੱਕ ਬੰਦੇ ਨੇ ਨਾ ਵਿਹੜਾ ਕਰਨ ਵਾਸਤੇ ਬੁਲਾਇਆ ਖਾਨ ਸਾਹਿਬ ਨੂੰ। ਹਾਂਜੀ, ਉਹਨੂੰ ਲੰਮੇ ਪਾ ਕੇ ਨਾ ਤੇ ਲੋਕੀ ਤਾਂ ਛੁਰੀਆਂ ਵਿਖਾਉਂਦੇ ਨੇ ਨਾ, ਅੱਗੇ ਸੋਟੀ ਘੁਮਾਉਣ ਲੱਗ ਪਏ। ਚਾਹ ਲੈ ਲਓ। ਹਾਂਜੀ ਹਾਂਜੀ, ਇਹ ਤੁਹਾਡੇ ਲਈ। ਖੈਰ ਹੋਏ ਜੀ ਤੁਹਾਡੀ, ਤੁਸੀਂ ਸ਼ਕਲੋ ਹੀ ਬੰਦੇ ਚੰਗੇ ਹੋ ਜੀ।
ਅਜੀ ਚਾਹ ਤੇ ਸਾਡੀ ਕਮਜ਼ੋਰੀ ਹੈ ਜੀ। ਹਾਂਜੀ ਨਹੀਂ ਕਹਿੰਦੇ ਚਾਹ ਕਮਜ਼ੋਰੀ ਹੈ। ਹਾਂਜੀ ਦੂਜਾ ਇਹਨਾਂ ਨੂੰ ਵੈਸੇ ਹਲਕੀ ਫੁਲਕੀ ਕਮਜ਼ੋਰੀ ਹੈ। ਸਭ ਤੋਂ ਵੱਡੀ ਕਮਜ਼ੋਰੀ ਇਹਨਾਂ ਦੇ ਦਸਾਂ ਦੀ ਵੇਲ ਜਦੋਂ ਉੱਥੇ ਰੱਖਦੇ ਨੇ। ਐ ਬੱਚਾ ਕੌਣ ਹੈ ਜੀ? ਇਹ ਈਦ ਦਾ ਦਿਨ ਹੈ ਨਾਲ ਲੈ ਕੇ ਆਇਓ ਤੇ ਹੁਣੇ ਪੁੱਛੇ ਜਾਂਦੇ। ਖੁਸ਼ੀਆਂ ਦਾ ਦਿਨ ਖਾਸਾ ਬੁਰਾ ਨੇ ਮਨਾਣਾ, ਅੱਜ ਦਾ ਦਿਨ ਤੇ ਸਭ ਨੂੰ ਮਾਫੀ ਹੈ। ਹਾਂਜੀ ਇਸ ਬੱਚੇ ਨੇ ਵੀ ਜਲੀਲ ਕਰਾਇਆ ਜੀ ਮੈਨੂੰ। ਕਿੱਥੋਂ ਜੀ? ਇੱਕ ਬੰਦਾ ਕਬਰ ਕੱਢਣ ਦੇ ਉਹਨੂੰ ਜਾ ਕਹਿੰਦੇ ਜੀ ਤੇ ਪੈ ਪੈਣੇ ਆ ਫਲ ਲੰਮਿਆ ਲਿਆ ਫਿਰ ਉਹਨੂੰ ਤੇ ਗੋਲ ਖਲੋ ਕੇ ਉਹਨੂੰ ਕਹਿ ਰਿਹਾ ਕਬਰ ਦਾ ਫਲ ਮਿੱਠਾ ਹੁੰਦਾ। ਯਾਰ ਖੁਸ਼ੀ ਦਾ ਦਿਨ ਹੈ ਜੀ ਦੇ। ਹਾਂਜੀ ਸਾਡੀ ਤੇ ਪਹਿਲੇ ਸ਼ਕਲ ਲਾਸ਼ ਰਗੀ ਹੈ, ਕੀ ਕਰ ਰਹੇ ਹੋ? ਅੱਛਾ ਤੁਹਾਡੀ ਵੀ ਲਾਸ਼ ਰਗੀ ਹੈ ਲੇਕਿਨ ਨਹਿਰ ਵਾਲੀ ਲਾਸ਼ ਜਿਹੜੀ ਫੁੱਲ ਕੇ ਤਾਂ ਆਉਂਦੀ। ਹਾਂਜੀ ਮੈਨੂੰ ਕੰਮ ਲਿਖਾ ਦੇ ਜੀ। ਮਾਮਕਾ ਲਿਖਣਾ ਚਾਹੀਦਾ ਜੀ। ਮਾਮਕਾ ਕੀ? ਦੇਖੋ ਜੀ ਮਾਫੀ ਦੇ ਨਾਲ ਮਾਫੀ ਨਾਲ ਕੁਛ ਬਚਦਾ ਵੀ ਹੈ। ਕਹਿੰਦਾ ਬੱਕਰਾ ਕਰਨਾ ਤੇ ਨਾਲ ਜਾਣ ਲੱਗਾ 11 ਬੰਦੇ ਹੋਰ ਲੈ ਗਏ। ਦੇਖੋ ਜੀ ਇਕੱਲੇ ਬੰਦੇ ਦਾ ਤਾਂ ਕੰਮ ਹੈ ਹੀ ਨਹੀਂ। ਹਾਂਜੀ ਕੁਰਬਾਨੀ ਦੇ ਪੈਸੇ ਵੀ ਲੈ ਲੈਣੇ ਤੇ ਬੱਕਰੇ ਚੋਂ ਹਿੱਸਾ ਵੀ ਕਿੰਨਾ ਸਾਰਾ ਲੈ ਲਿਆ। ਯਾਰ ਆਹ ਮੁੰਡਾ ਵੀ ਤੁਹਾਡਾ ਆਪਣਾ? ਹਾਂਜੀ ਜੀ ਇਹ ਸਾਡੇ ਭਰਾ ਨੇ। ਅੱਛਾ ਲੱਗਦਾ ਕੌਣ ਹੀ ਤੇ ਮੂੰਹ ਲੱਗਾ। ਅੱਛਾ ਖਾਸ ਸਾਹਿਬ ਤੁਹਾਡੀ ਕੀ ਗੁੜ ਲੱਗ ਕੇ? ਹਾਂਜੀ ਈਦ ਵਾਲੇ ਦਿਨ ਵੀ ਬੁਰੇ ਲੱਗ ਰਹੇ ਹੋ? ਆ ਬਸ ਇਹ ਜੀ ਐਡਾ ਤੇਰੇ ਨਾਲ ਮੁੰਡਾ ਬੈਠਾ ਹੈ ਭਾਈ ਜ਼ੁਲਫਕਾਰ। ਹਾਂਜੀ ਇਹ ਫੂਕ ਵਾਲਾ ਬੰਬ ਜੀ। ਹਾਂਜੀ ਅੱਲਾ ਦੀ ਕਰਨੀ ਨੂੰ ਕੌਣ ਟਾਲ ਸਕਦਾ। ਹਾਂਜੀ ਇਹ ਈਦ ਵਾਲੇ ਦਿਨ ਦੁੱਧ ਸੇਵੀਆਂ ਤੇ ਨਹੀਂ ਪਾਉਂਦੇ, ਇੱਕ ਦੂਜੇ ਦੇ ਲਾਂਤਾਂ ਪਾਉਂਦੇ ਨੇ। ਹਾਂਜੀ ਇਹ ਜੀ ਘਰ ਦਾ ਰਿਵਾਜ ਹੁੰਦਾ ਜੀ ਆਪਣਾ ਆਪਣਾ। ਸਾਡਾ ਘਰ ਵੇਖ ਲਓ ਜੀ ਹੁਣ ਅਕਰੀਮੀ ਹੈ ਜੀ। ਮੈਂ ਕਹਿੰਦਾ ਕਿ ਸਵੇਰੇ ਸਵੇਰੇ ਸੁੱਕਤੇ ਵਾਲ ਉੱਠਦੇ। ਤੁਹਾਡਾ ਘਰ ਅਸੀਂ ਵੇਖ ਹੀ ਨਹੀਂ ਸਕਦੇ, 6 ਮਹੀਨੇ ਬਾਅਦ ਤੁਸੀਂ ਬਦਲ ਲੈਂਦੇ ਹੋ। ਤੁਸੀਂ ਤਾਂ ਘਰ ਇੰਝ ਬਦਲਦੇ ਹੋ ਜਿਵੇਂ ਸਿਆਸਤ ਦਾ ਨਜ਼ੇਰ ਨਹੀਂ ਬਦਲਦੇ। ਮੈਂ ਜੀ ਤੁਸੀਂ ਗੱਲ ਨਹੀਂ ਸਮਝੇ। ਹਾਂਜੀ ਇਹ ਜੀ ਆਹ ਜਿਹੜੇ ਅੱਜ ਕੱਲ੍ਹ ਈਦ ਦਾ ਸਮਾਂ ਜਾ ਰਿਹਾ ਹੈਗਾ ਔਰ ਅੱਛਾ ਬਾਜਾ ਵਜਾਉਣ ਦੇ ਨਾਲ ਨਾਲ ਡਾਂਸਰ ਵੀ ਐਂ ਕਰਕੇ ਗੱਲ ਕਰਦੇ। ਭਾਈ ਤੇਰੇ ਵਰਗਾ ਮੂੰਹ ਭਲਾ ਕਦੋਂ ਬਣਦਾ? ਕਦੋਂ ਬਣਦਾ? ਜਦੋਂ ਹਨੇਰੀ 'ਚ ਛਾਪਰ ਫੜੀਏ, ਕਿਉਂਕਿ 1.5 ਮੀਲ ਦੌੜ ਲਿਆਉਣੀ ਪੈਂਦੀ ਹੈ। ਹਨੇਰੀ 'ਚ ਛਾਪਰ ਰਹਿਣ ਤਾਂ ਤੁਸੀਂ ਵੇਲਾਂ ਫੜੋ ਔਰ ਵੇਲੋ ਤੁਸੀਂ ਐਸੇ ਰਹੇ ਨਾ ਖਾਸ ਸਾਹਿਬ ਵਕਤ ਵੇਲਾ ਵੀ ਨਹੀਂ ਵੇਖ ਰਹੇ। ਦੇਖੋ ਜੀ ਵੇਲਾ ਠੇਲਾ ਇਹ ਆਉਂਦਾ ਰਹਿੰਦਾ ਜੀ, ਠੇਲਾ ਦਿਲੋਂ ਕਾ ਆਤਾ ਹੈ। ਸਰ ਸਾਹਿਬ ਇਹ ਪੁੱਛੋ ਕਿ ਪੈਸੇ ਕਿੰਨੇ ਲੈ ਰਹੇ ਨੇ ਅੱਜ ਕੱਲ੍ਹ ਕਿੰਨੇ ਪੈਸੇ ਲੈ ਰਹੇ ਹੋ ਕੁਰਬਾਨੀ ਦੇ? ਰਾਤੀ ਭਾਈ ਨੇ ਇਹਨੂੰ ਕੰਮ ਬੁੱਕ ਕਰਾਉਣਾ ਹੈ ਬੱਚੇ ਦਾ, ਉਹਨਾਂ ਨੂੰ ਕਹਿੰਦੇ 150 ਦੀ ਵੇਲ ਹੋਏਗੀ ਤੂੰ ਤੇ ਖਾਨ ਸਾਹਿਬ ਫਿਰ ਹੋਈ? ਹਾਂ ਜੀ ਨਹੀਂ ਜੀ ਬੇਲ ਬਹੁਤ ਅੱਛੇ ਜੀ, ਬੱਚੇ ਦਾ ਵਿਆਹ ਨਹੀਂ ਸੀ ਬੱਚਾ ਜ਼ਿਬਾ ਕਰਨਾ ਸੀ। ਕਹਿੰਦਾ ਕੁਰਬਾਨੀ ਕਰਨੀ ਹੈ, ਕਹਿੰਦਾ ਵਿੱਚ ਘੋੜੀ ਨਹੀਂ ਨੱਚੇਗੀ। ਯਾਰ ਭਾਈ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਤੁਸੀਂ ਬੰਦੇ ਬੱਕਰਾ ਲੰਮੇ ਪਾ ਕੇ ਨਾ ਤੇ ਬੱਚਿਆਂ ਨੂੰ ਸਮਝਾਉਣ ਡਿਆ ਕਿ ਪੁੱਤਰ ਸ਼ੁਰਲੀ ਨਹੀਂ ਚਲਾਣੀ। ਕੁਰਬਾਨੀ ਦੇ ਟਾਈਮ ਤੇ ਜਿਹੜੇ ਲੋਕ ਵੇਖ ਨਹੀਂ ਰਹਿੰਦੇ ਉਹਨਾਂ ਨੂੰ ਕਹਿ ਰਹੇ ਨਾਲੇ ਵੇਖੋ ਨਾਲੇ ਵੇਲਾਂ ਵੀ ਦਿਓ। ਦੇਖੋ ਜੀ ਕੁਰਬਾਨੀ ਤਾਂ ਤੁਹਾਨੂੰ ਆਟਾ ਵੀ ਹੁੰਦਾ ਨਾਲ। ਹਾਂ ਜੀ ਵਾਹ 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 ਰੋਦੇ ਅੱਜ ਕਰਦੇ ਕਿਆ ਕਹਿ ਰਹੇ ਜੀ ਬਹੁਤ ਮਾੜੇ ਹੌਲੇ ਦਿਲ ਦੇ ਨੇ। ਹਾਂਜੀ ਇੱਕ ਬੰਦੇ ਨੇ ਕੁਰਬਾਨੀ ਕਰਨ ਵਾਸਤੇ ਬੁਲਾਇਆ ਹਾਂ ਤੇ ਉਹਨੇ ਗਾਂ ਖੋਲੀ ਹੈ ਤੇ ਪਹਿਲੇ ਸੰਗਲ ਵੇਚਣ ਤੁਰ ਪਏ। ਆਪਣੇ ਦੇਖੋ ਜੀ ਸੰਗਲ ਤੇ ਬੇਕਾਰ ਹੋ ਗਿਆ ਨਾ ਉਹਨਾਂ ਔਰ ਉਹੀ ਸੰਗਲ ਲੈ ਕੇ ਬੱਸ 'ਚ ਚੜ ਗਏ, ਕਹਿੰਦਾ ਮੇਰੀ ਇਮਦਾਦ ਕਰੋ ਇਹ 'ਚ ਫਿਰ ਗਾਂ ਪਾਉਣੀ। ਲੇਕਿਨ ਉਹਨਾਂ ਨੇ ਜੀ ਇਹ ਮਾੜਾ ਬੱਚਾ ਪਾ ਦਿੱਤਾ ਫਿਰ ਮੈਨੂੰ ਮਾੜਾ ਬੱਚਾ ਤੇ ਅੱਛਾ ਬੱਚਾ ਨਸੀਬਾਂ ਨਾਲ ਲਾਉਂਦੇ। ਖਾਸ ਸਾਹਿਬ ਤੁਸੀਂ ਇੱਥੋਂ ਘੁੱਟ ਕੇ ਫੜਿਆ ਹੋਇਆ ਕੀ ਇਹ ਖੈਰ ਹੈ? ਨਹੀਂ ਜੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਜੀ।
ਨਸੀਬਾਂ ਵਾਲੇ ਹੋ, ਇਸ ਉਮਰ ਚ ਵੀ ਨਾਨੀ ਵੇਖ ਰਹੇ। ਦੇਖੋ ਜੀ ਆਪਣਾ ਤਾਹਿਰ ਲੱਗਦਾ ਖਲ ਲਾਉਣ ਤੋਂ ਪਹਿਲਾਂ ਉਹਨਾਂ ਨੇ ਟਰਾਈ ਕੀਤੀ ਟੇਡੇ ਜਿੱਦੇ ਨੀ ਪਾਉਣੀ। ਢਿੱਡ ਵੈਸੇ ਵੱਡਾ ਹੈ, ਰਸੌਲੀ ਨਿਕਲੀ ਢਿੱਡ ਮਿੱਟੀ ਖਾਂਦੇ ਹੋ? ਢਿੱਡਾਂ ਨੂੰ ਢਿੱਡ ਖਾ ਰਹੇ ਭਾਜੀ, ਤੁਹਾਡਾ ਕਿਉਂ ਨੀ ਕੋਈ ਖਾ ਰਿਹਾ? ਇੱਕ ਬੰਦੇ ਨੇ ਖਾ ਸਕਦੇ, ਇੱਕ ਬੰਦੇ ਨੂੰ ਕਹਿੰਦੇ ਯਾਰ ਮੇਰਾ ਢਿੱਡ ਬੜਾ ਵੱਧ ਗਿਆ। ਉਹ ਵੀ ਅੱਗੋਂ ਬੈਂਡ ਵਾਲਾ ਸੀ, ਕਹਿੰਦਾ ਜਦੋਂ ਹਰ ਜਗ੍ਹਾ ਆਪਣਾ ਹੀ ਅੱਗੇ ਰੱਖਣਾ ਤੇ ਹਲੇ ਜੀ। ਇਹ ਵੀ ਗੱਲ ਝੂਠ ਹੈ, ਕੋਈ ਐਡੀ ਪੱਕੀ ਗੱਲ ਨਹੀਂ ਹੈ। ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ, ਆ ਜੀ ਸਾਡੇ ਦਾਦਾ ਜੀ ਵੀ ਨਾ ਆ 3 ਦਿਨ ਕੁਰਬਾਨੀ ਦੇ ਲਾਉਂਦੇ ਸੀ, ਕਸਾਈਆਂ ਦਾ ਕੰਮ। ਹਾਂਜੀ, ਉਹ ਵੀ ਕਰਦੇ ਸਰ ਜੀ। ਖਾਸ ਸਾਹਿਬ ਦੇਖੋ, ਤਾਹਿਰ ਭਾਈ ਇਹਨਾਂ ਨਾਲ ਗੱਲ ਕਰ ਲਓ, ਊਂਠ ਦੀ ਕੁਰਬਾਨੀ ਆ ਜੀ, ਬੱਕਰੇ ਲੇਲੇ ਦੀ ਨਹੀਂ ਹੈਗੀ। ਉਹਨਾਂ ਦੀ ਊਂਠ ਦੀ ਕੁਰਬਾਨੀ ਹੈ, ਬੱਕਰੇ ਲੇਲੇ ਦੀ ਨਹੀਂ। ਊਂਠ ਦੀ ਕਰਨੀ ਹੈ ਕੁਰਬਾਨੀ? ਊਂਠ ਦੀ? ਹਾਂਜੀ। ਦੇਖੋ ਜੀ, ਬੰਦੇ ਨੇ ਝੂਠ ਨਹੀਂ ਬੋਲਣਾ ਚਾਹੀਦਾ, ਗੱਲ ਕਲੀਅਰ ਸੱਚੀ ਹੋਣੀ ਚਾਹੀਦੀ। ਮਸ਼ਹੂਰ ਹੋ ਗਏ ਨੇ। ਹਾਂਜੀ, ਈਦ ਤੋਂ ਛੋਟੀ ਈਦ ਨਾ ਇੱਕ ਬੰਦਾ ਇਹਨਾਂ ਕੋਲ ਆ ਗਿਆ ਜੀ। ਉਹ ਇਹਨਾਂ ਨੂੰ ਕਹਿੰਦਾ ਖਾਨ ਸਾਹਿਬ ਵਿਹੜਾ ਕਰਨਾ, ਵੈਸੇ ਹਲਾਲ ਕਰਕੇ ਵੇਚਣਾ। ਹਾਂਜੀ, ਤੇ ਵਿਹੜਾ ਕਰਨ ਗਿਆ ਤੇ ਵਿਹੜਾ ਇਹਦੇ ਕੋਲ ਡਿੱਗਿਆ ਹੀ ਨਹੀਂ, ਤੇ ਆਉਣ ਲੱਗਾ ਉਹਨੂੰ ਬੰਬ ਲਾ ਕੇ ਘਰ ਆ ਗਿਆ। ਉਹ ਤਾਂ ਫੋਨ ਕਰਕੇ ਕਹਿ ਰਿਹਾ 6 ਵਜੇ ਚੱਲ ਜਾਏਗਾ ਗੋਸ਼ਤ ਇਕੱਠਾ ਕਰ ਲੈਣਾ। ਹਾਂਜੀ, ਬਸ ਫਿਰ ਤਰੀਕਾਕਾਰ ਹੁੰਦਾ ਜੀ। ਅੱਛਾ, ਆਮ ਕਸਾਈ ਜਿਹੜੇ ਨੇ ਉਹ ਫਰਿਸ਼ ਤੋਂ ਗੋਸ਼ਤ ਇਕੱਠਾ ਕਰਦੇ ਨੇ, ਤੇ ਜਦੋਂ ਬੰਬ ਤੋਂ ਬਾਅਦ ਗੋਸ਼ਤ ਕੀਤਾ ਛੱਤਾਂ ਤੋਂ ਲਾਇਆ ਗੋਸ਼ਤ। ਉਹ ਤੇ ਇੱਕ ਬੰਦੇ ਨੇ ਉਹਨੂੰ ਮਸ਼ਵਰਾ ਦਿੱਤਾ ਕਿ ਜੇ ਬੰਬ ਚੱਲਣ ਤੋਂ ਪਹਿਲੇ ਤੁਸੀਂ ਇੱਥੇ ਹੁੰਦੇ ਨਾ, ਤੁਹਾਡਾ ਤੇ ਵਿਹੜੇ ਦਾ ਗੋਸ਼ ਮਿਕਸ ਹੋ ਜਾਣਾ। ਔਰ ਇਹਦੇ ਬਦਕਿਸਮਤ ਨਾ ਬੰਬ ਚੱਲਿਆ ਨਾ ਇਹਨਾਂ ਦਾ ਕੰਮ ਹੀ ਚੱਲਿਆ। ਹੁਣ ਇਹਦਾ ਕੰਮ ਬਾਜੇ ਵਾਲਾ ਤੇ ਕਿਸਾਈਆਂ ਦਾ ਮਿਕਸ ਹੋ ਗਿਆ। ਕਈ ਵਾਰੀ ਲਾੜੇ ਦੇ ਅੱਗੇ ਛੁਰੀ ਅਗੇ ਨਹੀਂ ਕਰ ਲੱਗ ਪਿਆ। ਨਹੀਂ ਜੀ, ਉਹਨੂੰ ਪੁੱਛ ਰਿਹਾ ਖਲ ਕਦੋਂ ਲਾਉਣੀ। ਦੇਖੋ ਮੋਟੂ ਪਤਲੂ ਬਾਈ, ਮੇਰੀ ਗੱਲ ਸੁਣੋ। ਅੱਛਾ, ਲੋਕੀ ਵਿਹੜੇ ਨੂੰ ਤਾਜ ਪਾਉਂਦੇ ਨੇ, ਇਹ ਉਹਦੀ ਲੱਤ ਨਾਲ ਗਾਨਾ ਬੰਨ ਹੋਇਆ। ਨਫੀਸ ਹੈ ਨਾ ਬੈਂਡ ਵਾਲਾ, ਛੁਰੀ ਚਲਾਉਣ ਤੋਂ ਪਹਿਲੇ ਠੰਡੀ ਕਰੀ ਜਾ ਰਿਹਾ ਤੱਤੀ ਨਾ ਕਰ ਲਾ ਤੂੰ। ਨਹੀਂ ਜੀ, ਦੇਖੋ ਜਰਾਤ ਅੱਗੇ ਤਾਂ ਛੋਟੀ ਘੁਮਾਉਂਦੇ ਨਾ ਇੰਜ ਕਰਕੇ, ਇਹ ਵਿਹੜੇ ਅੱਗੇ ਛੁਰੀ ਘੁਮਾ ਰਿਹਾ ਇੰਜ। ਮਿਹਰਬਾਨੀ, ਊਂਠ ਸਾਡੇ ਕੋਲ ਹੈ ਹੀ ਊਂਠ। ਅੱਛਾ, ਇੱਕ ਜਗ੍ਹਾ ਤੇ ਊਂਠ ਕਰਨ ਗਏ ਤੇ ਢਹਿ ਨਹੀਂ ਰਿਹਾ, ਉਹਦੇ ਕੰਨ ਚ ਕੋਈ ਗੱਲ ਕੀਤੀ, ਮੈਂ ਤੇ ਉਹ ਲੰਮਾ ਪੈ ਗਿਆ। ਮੈਂ ਕਿਹਾ ਕੀ ਕਹਿੰਦੇ, ਕੰਨ ਚ ਚਿੜੀਆਂ ਦਾ ਚੰਬਾ ਸੁਣਾਇਆ। ਕਾਕਾ ਕੈਸਾ ਤੇਰੇ ਇੱਕ ਪਰ ਵਾਲੀ ਚਿੜੀ ਵਰਗਾ ਮੂੰਹ। ਉਹ ਬੰਦੇ ਕਹਿੰਦੇ ਨੇ ਕਿ ਖਾਨ ਸਾਹਿਬ ਬੱਕਰਾ ਲਿਆ ਕੇ ਤੇ ਜ਼ਿਬਾ ਕਰੋ, ਤੇ ਪਹਿਲੇ ਬੂਹੇ 'ਚ ਤੇਲ ਚੋ ਰਹੇ ਆ। ਇਹ ਵੀ ਸ਼ਗਨਾਂ ਦਾ ਕੰਮ ਹੀ ਹੈ ਜੀ, ਤੇਲ ਚੋਵੋ, ਉਹਨੂੰ ਨਵਾਓ ਧੋਵੋ, ਉਹਨੂੰ ਲਾਲ ਕੱਪੜਾ ਪਾਓ ਦੇ ਤੇ ਗੁਬਾਰੇ ਬੰਨੋ ਜੀ। ਅੱਜ ਹੁਣ ਤੇ ਦੌਰ ਬਦਲ ਗਿਆ ਜੀ, ਪਹਿਲੇ ਦੌਰ ਸੀ ਸਾਡੇ ਦਾਦੇ ਦਾਦੇ ਦਾ। ਐਡਾ ਸ਼ੌਕੀਨ ਹੈ ਬੱਕਰਾ ਜ਼ਿਬਾ ਕਰਨ ਤੋਂ ਪਹਿਲੇ ਆਪਣੇ ਮੁੰਡੇ ਦਾ ਸਿਹਰਾ ਲਿਆ ਕੇ ਉਹਦੇ ਅੱਖਾਂ 'ਤੇ ਲਾਉਣ। ਤੁਹਾਡੇ ਨਾਲ ਕੋਈ ਚੀਜ਼ ਚੰਗੀ ਨੀ, ਲੇਕਿਨ ਮੈਂ ਊਂਠ ਕਦੀ ਕੀਤਾ ਨੀ। ਬੈਂਡ ਦਾ ਕੰਮ ਕਰਦੇ ਹੋ? ਹਾਂਜੀ। ਤੇ 3 ਦਿਨ ਤੁਸੀਂ ਕਰਦੇ ਹੋ ਕਸਾਈਆਂ ਦਾ ਕੰਮ, ਤੁਹਾਨੂੰ ਜਾਂਚ ਤੇ ਹੋਣੀ ਚਾਹੀਦੀ ਨਾ। ਪਿਛਲੇ ਸਾਲ ਤਾਹਿਰ ਭਾਈ ਨੇ ਇੱਕ ਬੰਦਾ ਬੁਲਾਇਆ ਸੀ ਕਸਾਈ, ਜੀ ਉਹਦੇ ਕੋਲ ਵੀ ਊਂਠ ਨਹੀਂ ਸੀ ਜ਼ਿਬਾ ਕਰਨਾ ਆਉਂਦਾ। ਅੱਛਾ ਜੀ, ਇਹਨਾਂ ਨੇ ਫਿਰ 6 ਮਹੀਨੇ ਵਾਸਤੇ ਉਹਨੂੰ ਫੜਵਾ ਦਿੱਤਾ। ਮੈਨੂੰ ਕਸਮ ਚ ਕਾਲਜ ਜੀ, ਮੈਂ
ਮੁੰਡੇ ਰੱਖੇ ਆ ਜੀ ਅੱਗੇ ਕਸਾਈ ਮੁੰਡੇ ਤਿਆਰ ਬੈਠੇ ਨੇ ਕਿ ਕਸਾਈ ਨਾ ਕਰੇ ਤੇ ਅਸੀਂ ਇਹਨੂੰ ਫੈਂਟੀ ਲਾਈ ਜੀ ਗਰਮੀ ਬੜੀ ਜੀ ਹਵਾ ਆਉਂਦੇ ਜੀ ਅਸੀਂ ਨਫੀਸ ਲੋਕ ਹਾਂ ਇਸ ਤਰ੍ਹਾਂ ਦੀ ਜਾਨ ਨਹੀਂ ਕਰਦੇ ਭਾਈ ਉਹ ਖਸਬ ਰਾਮ ਨਹੀਂ ਨਹੀਂ ਦੇਖੋ ਮੇਰੀ ਗੱਲ ਮੈਂ ਊਂਟ ਕਦੀ ਕੀਤਾ ਨਹੀਂ ਭਾਈ ਦੇਖੋ ਟਾਈਮ ਨਹੀਂ ਹੈਗਾ ਤੁਸੀਂ ਜਰ ਮੈਂ ਕੁੰਡਾ ਲਾਵਾਂ ਜੀ ਯਾਰ ਦੇਖੋ ਉਹ ਲਾ ਮੁੰਡਿਆ ਕੁੰਡਾ ਖਾਨ ਸਾਹਿਬ ਤੁਹਾਡਾ ਮਜ਼ਾਕ ਕਰ ਰਹੇ ਸੀ ਮਜ਼ਾਕ ਹੋ ਰਿਹਾ ਸੀ ਵਾਪਸ ਆਇਓ ਕੈਸੀ ਲੱਗੀ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਇਹਦੇ ਨਾਲ ਹੀ ਇਜਾਜ਼ਤ ਚਾਹਾਂਗਾ ਅੱਲਾ ਨਿਗਹਿਬਾਨ।